ਜਿਹੜਾ ਵੀ ਗੋਲਡ ਕੋਸਟ ਦਾ ਫਾਊਂਡਰ ਹੋਊਗਾ ਰੀਜ ਹੀ ਲਾਤੀ ਬੰਦਿਆਂ ਨੇ ਠੰਡ ਲੱਗਦੀ ਵੇ ਮੈਨੂੰ ਠੰਡ ਲੱਗਦੀ ਚੜਾਈ ਹੋਈ ਹੋਣੀ ਆ ਬਈ ਜਿਹੜਾ ਇਹਨਾਂ ਇਕੱਠ ਕਰੀ ਬੈਠਾ हेलो भाई सत श्री अकाल ते थोड़ा दुबारे फिर स्वागत है एक नवे ब्लॉग अपने नवी सीरीज़ दे विच गोल्ड कोस्ट वाली दे विच ते अज आपां चलेंगे इनफिनिटी इनफिनिटी इत्थों दा बहुत वधिया मतलब प्लेस आ खेडण नूं ते बहुत घैंट घैंट चीज़ां ने उत्थे जाके देखदे आ की माहौल रहिंदा है गोल्ड कोस्ट दे विच ही है वी गोल्ड कोस्ट तुहानूं पहलां वी दिखाया पहलां वाले ब्लॉग दे विच ते इक ठंड लगी जांदी है आ पिछे तुसीं देखदे होगे ना मतलब कि हवा चल रही है बहुत ज़्यादा उदा उरे गर्मी का मौसम आ पर हवा इन्नी ठंडी आँदी है क्योंकि जमा बीच ते होण करके आए हाय हाय राड़ी होपसो तुहानूं भाई अज दा ब्लॉग वधिया लगेगा तो घेंट ही होगा घेंट गलबात आ बहुत सोहना शहर है तो रात नूं तां इहदी खूबसूरती होर भी ज़्यादा दुगनी तिगनी हो जाती है तो तुहानूं दिखाउणे आ गए माड़ा मोटा उधर नूं जाणा आपां ने ਉਹਦਾ ਬੜਾ ਵੇਟ ਕਰ ਰਹੇ ਨੇ ਖੜ ਕੇ ਚਲੋ ਉੱਥੇ ਚੱਲਦੇ ਫਿਰ ਆਪਾਂ ਠੰਡ ਲੱਗਦੀ ਆ ਉੱਥੇ ਆ ਸਾਡਾ ਛੋਕਰਾ ਸੌਂ ਵੀ ਗਿਆ ਹਾਂ ਤਾਂ ਆਪਾਂ ਘੁੰਮਣਾ ਸੀਗਾ ਉੱਡੀ ਵਾਂਗੂ ਅੱਜ ਮੈਨੂੰ ਸੱਜਣਾ ਉਡਾਈ ਜਾ ਉਡਾਈ ਜਾ ਉਡਾਈ ਜਾ ਇਹ ਉਹਦੇ ਟਾਈਮ ਨਾਲ ਸੌਂ ਗਿਆ ਆਪਾਂ ਗਲਤੀ ਕੀਤੀ ਤਾਂ ਪ੍ਰੈਮ ਲੈ ਕੇ ਆਉਣਾ ਸੀਗਾ ਫਿਰ ਆ ਸਮਾਨ ਤਾਂ ਗੱਡੀ ਚ ਹੈ ਹਾਂ ਥਾਂ ਤਾਂ ਬਚਿਆ ਨਹੀਂ ਤੇ ਇੰਨਾ ਸਮਾਨ ਹੋ ਗਿਆ ਸੀਗਾ ਵਾਟ ਅ ਲੂਟ ਵਾ ਲੁੱਕ ਖਾ ਖਾ ਕੇ ਖਾਲੀ ਕਰਤੀ ਅੱਧੀ ਅੱਧੀ ਘਾਟ ਡਿੱਗੀ ਖਾਲੀ ਕਰਤੀ ਕੋਈ ਨਾ ਤਾਂ ਕਰਕੇ ਵੀ ਜ਼ਿਆਦਾ ਠੰਡ ਆ ਉਹ ਪਰਲੇ ਪਾਸੇ ਬੀਚ ਆ ਬੀਚ ਤੋਂ ਫਿਰ ਉਹ ਆਉਂਦੀਆਂ ਨੇ ਸਮੁੰਦਰ ਦੀਆਂ ਛੱਲਾਂ ਨੇ ਅੱਛਾ ਪਾਣੀ ਮੇਰਾ ਤਾਪ ਠੰਡ ਜੀ ਚੜਦੀ ਆ ਪਰ ਇੰਨੀ ਵੀ ਨਹੀਂ ਹੋਈ ਗੱਲਬਾਤ ਹੀ ਹੋ ਰਿਹਾ ਗੋਲਡ ਕੋਸਟ ਨਾਲ ਪਿਆਰ ਹੋ ਗਿਆ ਪਾਰਕਿੰਗਾਂ ਫੁੱਲ ਨੇ ਸਾਰੀਆਂ ਹੁਣ ਤਾਂ ਛੁੱਟੀਆਂ ਕਰਕੇ ਵੀ ਹੋਵੇ ਟੂਰਿਸਟ ਬਹੁਤ ਆਏ ਹੋਏ ਨੇ ਨਾ ਇੱਥੇ ਅੱਛਾ ਹਮਕੋ ਸਿਖਾ ਰਹੀ ਆ ਨਹੀਂ ਫਿਰ ਆਪਣੇ ਵਰਗਾ ਸੂਣ ਸੇਡਣੀ ਸੂਡਣੀ ਤੋਂ ਬਹੁਤ ਆਏ ਹੋਏ ਨੇ ਨਾ ਆਪਾਂ ਨੂੰ ਕਿੰਨੀਆਂ ਰਾਹ ਚ ਕੈਰਾਵੈਨਾਂ ਮਿਲੀਆਂ ਸੀ ਉਦਣ ਜਿੱਦਣ ਆਪਾਂ ਆਏਗੇ ਤਾਂ ਕਰਕੇ ਅੱਛੀ ਭਾਈ ਫੁੱਲਦੇ ਨੇ ਵੀ ਲੈ ਤਾਂ ਬਸ ਪਹੁੰਚ ਗਏ ਆਪਣੇ ਬਾਕੀ ਦੇ ਬੰਦੇ ਆਪਣੇ ਆਏ ਨੇ ਦੂਜੀ ਉਹ ਚ ਕਾਰ ਦੇ ਵਿੱਚ ਕਰ ਰਹੇ ਨੇ ਵੇਟ ਉੱਥੇ ਚੱਲਦੇ ਆ ਸਭ ਤੋਂ ਵੱਧ ਆਹ ਬੰਦੇ ਨਾਲ ਧੱਕਾ ਹੋਇਆ ਇੱਕ ਤਾਂ ਇਹ ਪਤਲੇ ਜਿਹੇ ਬੰਦੇ ਨੂੰ ਠੰਡ ਵੀ ਬਹੁਤ ਲੱਗਦੀ ਹੁੰਦੀ ਆ ਉੱਤੋਂ ਕੋਈ ਕੋਟੀ ਕੋਟ ਨਹੀਂ ਪਾ ਕੇ ਆਇਆ ਠੰਡ ਲੱਗਦੀ ਵੇ ਮੈਨੂੰ ਠੰਡ ਲੱਗਦੀ ਚਹਿਲ ਪਹਿਲ ਪੂਰੀ ਆ ਵੀ ਰਾਤ ਨੂੰ ਵੀ ਤੇ ਆਪਣੇ ਨਾਲ ਦੇ ਬੰਦੇ ਇੱਥੇ ਖੜੇ ਨੇ ਵੇਟ ਕਰਦੇ ਪਏ ਨੇ ਪਹੁੰਚਦੇ ਆ ਉੱਥੇ ਤੇ ਫਿਰ ਚੱਲਦੇ ਆਪਾਂ ਅੱਗੇ ਇਨਫਿਨਿਟੀ ਦੇਖਦੇ ਹਾਂ ਹੋਇਆ ਕਿਹੋ ਜਿਹਾ ਮਾਹੌਲ ਆ ਉੱਥੇ ਬਾਕੀ ਆਹ ਈਰਿਸ਼ਕੇ ਜੇ ਉਹ ਇਹ ਤਾਂ ਬਹਿ ਕੇ ਦੇਖਾਂਗੇ ਸੁਖਜੀਤ ਆਈ ਈਰਿਸ਼ਕੇ ਜੇ ਬਹਿ ਕੇ ਦੇਖਾਂਗੇ ਯਾ ਵੈਨ ਵੀ ਗੋਣਾ ਕਮ ਬੈਕ ਦੈਨ ਵੀ ਵਾਂਟ ਟੂ ਓ ਤੀ ਹਾਂ ਉਹ ਕਹਿੰਦੇ ਕਿ ਹੋ ਗਿਆ ਮੈਂ ਕਿਹਾ ਅਸੀਂ ਸੋਚਦੇ ਆ ਵੀ ਜਦੋਂ ਅਸੀਂ ਰਾਜੋ ਦੇ ਤਰਪਾ ਹੀ ਅੰਦਰ ਕਿਹੜਾ ਸੋਹਣਾ ਲੱਗਦਾ ਨਾ ਅੱਛਾ ਵਾਓ ਆਪ ਨੂੰ ਹੁੰਦਾ ਕਿ ਸੋਹਣਾ ਬਈ ਵਾਕਈ ਬਹੁਤ ਸੋਹਣੀ ਚੀਜ਼ ਬਣਾਈ ਹੋਈ ਆ ਲਾਈਟਾਂ ਜੀਆਂ ਨੇ ਨਾ ਅੱਖਾਂ ਨੂੰ ਖਿੱਚਦੀਆਂ ਮਰ ਗਈ ਤੇ ਅਗੇ ਸੋਹਣੀ ਆ ਬਹੁਤ ਸੋਹਣੀ ਚੀਜ਼ ਆ ਵਾਕਈ ਸੋਹਣੀ ਆ ਕਿੰਨਾ ਕੁਛ ਆਣਾ ਉਹਦੇ ਘੁੰਮਣ ਨੂੰ ਇਹ ਮਸ਼ਹੂਰੀ ਕਰ ਰਹੇ ਨੇ ਉਹਦੀ ਚੌਕਲੇਟ ਦੀ ਆਈਸਕ੍ਰੀਮ ਦੀ ਅੱਛਾ ਆਹ ਤੀ ਤੇਰਾ ਭਾਈ ਇਹਨੂੰ ਕਹਿਣਾ ਤੂੰ ਅੱਛਾ ਖੜਾ ਸਾਡਾ ਦੂਜਾ ਆਕਾਸ਼ ਕਿੰਨਾ ਟਾਈਮ ਹੋਇਆ ਪਿਆ ਰਾਤ ਨੂੰ ਵੀ ਭਰਿਆ ਪਿਆ ਉਹਦੇ ਉੱਪਰ ਕੀ ਜਾਂਦਾ ਉੱਤੇ ਦੇਖ ਉਹਦੇ ਉੱਤੇ ਦੇਖ ਉੱਤੇ ਕੌਣ ਉਹ ਕੀ ਆ ਉਹ ਜਿਹੜਾ ਉੱਪਰ ਬਿਠਾ ਕੇ ਮਾਰਦੇ ਉਹ ਉਹਦਾ ਵੱਡੇ ਵਲੌਗਰ ਨੇ ਆਪਾਂ ਕਿੱਥੇ ਉਹ ਪਤਾ ਨਹੀਂ ਕੀ ਆ ਉਹ ਦਾਦੀ ਬੁਲਾਉਂਦੀ ਆ ਮੈਂ ਕਿਹਾ ਆਪਾਂ ਰਾਤ ਨੂੰ ਕਦੇ ਸਿਰਣੀ ਨਹੀਂ ਦੇਖੀ ਖਾ ਸਿਰਣੀ ਵੀ ਇੰਨੀ ਸੋਹਣੀ ਹੁੰਦੀ ਹੋਵੇ
it done? बंदे भी बाले ही हो गया पूरा टब्बर चले संतरी 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 उधर सुरमे रंगा सुरमे रंगा टिकट टुकट ले ली भाई चले अंदर अंदर ऐ नहीं पता सानू ना फोन यूज कर सकते हो ये देखा जे वीडियो बनी नहीं बस बाहरों जाके फिर फिर दिखा देंगे की गल बात आ बाकी देखने को सोहना लगी जांदा सानू लैटो लैटी माहौल होया पिया बहुत सोहना गा ਅੱਜ ਰੱਬ ਅਜਰੂਬਾਂ ਜਿਹਾਂ ਪਾਉਣਗੇ ਚਮਕ ਚਮਕ ਚਮਕੀਲਾ ਹੀ ਆ ਸਾਰੇ ਪਾਸੇ ਕੰਮ ਦੇਖਦੇ ਹਾਂ ਬਾਕੀ ਕੋਈ ਨਹੀਂ ਆਏ ਤਾਂ ਅਸੀਂ ਬਣਾਵਾਂਗੇ ਵੀਡੀਓ ਵੀਡੀਓ ਹੱਟਦੇ ਤਾਂ ਕਾਨੂੰ ਆ ਮਾੜੀ ਮੋਟੀ ਦਿਖਾਵਾਂਗੇ ਤੁਹਾਨੂੰ ਵੀ ਆਏ ਕਰੋ ਸਾਰੇ ਜਾਣੇ ਓਏ ਆ ਬਾਲਾ ਹੋਆ ਲੈ ਵੀ ਜਾਏ ਪਰ ਉੱਥੇ ਸਾਨੂੰ ਵੀਡੀਓ ਨਹੀਂ ਬਣਾਉਣ ਦੇ ਬਸ ਹਵਾ ਨਿਕਲ ਗਈ ਜੋ ਜੀ ਦਾ ਚੱਕਰ ਪੈ ਗਿਆ ਤੇ ਬਾਹਰ ਆ ਗਈ ਕੈਮਰਾ ਔਨ ਕਰ ਸਕਦੇ ਸੀ ਤੇ ਅੰਦਰ ਜਾਂਦੇ ਹੋਏ ਹਜੇ ਵੀ ਚਹਿਲ ਪਹਿਲ ਪੂਰੀ ਆ ਨਾ ਇੱਥੇ ਦੇਖਦੇ ਆ ਮੂੰਹ ਸੁੱਕ ਗਿਆ ਮੇਰਾ ਤਾਂ ਕਿੱਦਾਂ ਕਿੱਦਾਂ ਜਿਹੜਾ ਵੀ 골ਡ ਕੋਸ ਦਾ ਫਾਊਂਡਰ ਹੋਊਗਾ ਨਹੀਂ ਜੀ ਲਾਤੀ ਬੰਦਿਆਂ ਨੇ ਬਈ ਆੜੀ ਬਹੁਤ ਉਹ ਹੋਇਆ ਗਈਆਂ ਨੇ ਹੁਣ ਜਿਹੜਾ ਉਹ ਸੀ ਨਾ ਆਪਾਂ ਨੇ ਦੇਖ ਕੇ ਆਇਆਂਗੇ ਆਪਾਂ ਉਹ ਇਨਫਿਨਿਟੀ ਬਹੁਤ ਘੈਂਟ ਚੀਜ਼ ਦੀ ਪਰ ਉਹਦੇ 'ਚ ਉਹੀ ਇੱਕ ਗੱਲ ਦਾ ਦੁੱਖ ਰਿਹਾ ਵੀਡੀਓ ਨਹੀਂ ਸੀ ਬਣਾ ਸਕਦੇ ਫੋਟੋ ਨਹੀਂ ਸੀ ਖਿੱਚ ਸਕਦੇ ਨਹੀਂ ਤੁਹਾਨੂੰ ਬਹੁਤ ਦਿਖਾਉਣਾ ਸੀ ਬਹੁਤ ਘੈਂਟ ਚੀਜ਼ ਹੈ ਨਾ ਪਰ ਕੋਈ ਨਹੀਂ ਆ ਹੁਣ ਸ਼ਹਿਰ ਦੇ ਰੌਣਕਾਂ ਲਾ ਰੱਖੀਆਂ ਨੇਗੀਆਂ ਜਿਹੜੀ ਚੀਜ਼ ਤੁਹਾਨੂੰ ਦਿਖਾਉਣੀ ਸੀ ਉਹ ਤਾਂ ਨਹੀਂ ਦਿਖਾ ਹੁੰਦੀ ਚਲੋ ਬਾਕੀ ਚੱਲੇਗੇ ਹੁਣ ਅੱਗੇ ਦੇਖਦੇ ਹਾਂ ਕੀ ਕਰਤੱਵ ਕਰਦੇ ਨੇ ਬਾਕੀ ਆਹ ਸ਼ਹਿਰ ਬਹੁਤ ਸੋਹਣਾ ਜਿਉਂ ਜਿਉਂ ਘੁੰਮੀ ਜਾਂਦੇ ਜਿਉਂ ਜਿਉਂ ਵਧੀਆ ਗਾਹਾਂ ਤੋਂ ਗਾਹਾਂ ਹੋਰ ਹੋਰ ਵਧੀਆ ਚੀਜ਼ਾਂ ਆਈ ਜਾਂਦੀਆਂ ਨੇ ਬਹੁਤ ਸੋਹਣਾ ਸ਼ਹਿਰ ਹੈ ਇਹ ਹੁਣੇ ਇਹ ਬਾਹਰਲੇ ਵਿਸ਼ ਪੂਜਾ ਵਾਲੀਆਂ ਲੱਗੀਆਂ ਹੋਈਆਂ ਲੋਕ ਆਲੇ ਦੁਆਲੇ ਖੜੇ ਹੋ ਕੇ ਸੁਣ ਰਹੇ ਨੇ ਆਈ ਥਿੰਕ ਇਹ ਬਹੁਤ ਸੋਹਣਾ ਗਾ ਰਹੀ ਆ ਪਰ ਸਾਨੂੰ ਤਾਂ ਇਹਦੀ ਕੋਈ ਸਮਝ ਨਹੀਂ ਆ ਰਹੀ ਨਾ ਸਾਨੂੰ ਹੇਕਾਂ ਦਾ ਪਤਾ ਜਲਾਤੋ ਖਾਣੀ ਆ ਬਾਈ ਅੱਜ ਜਲਾਤੋ ਅੱਗੇ ਬਹੁਤ ਜ਼ਿਆਦਾ ਭੀੜ ਲੱਗੀ ਪਈ ਆ ਇਹ ਖਾਵਾਂਗੇ ਫਿਰ ਉੱਥੇ ਨਾ ਕੱਠੀ ਆ ਕਾਹਦਾ ਹੋਇਆ ਪਿਆ ਕੀ ਚੱਲ ਰਿਹਾ ਸ਼ੋਅ ਆ ਕੋਈ ਚਲੋ ਦੇਖਦੇ ਹਾਂ ਚੜਾਈ ਹੋਈ ਹੋਣੀ ਆ ਬਾਈ ਜਿਹੜਾ ਇਹਨਾਂ ਇਕੱਠ ਕਰੀ ਬੈਠਾ ਲੈ ਬਾਈ ਜਲਾਤੋ ਦੇ ਪੱਟ ਤੇ ਕਾਕੇ ਐ ਢਿੱਡ ਨਹੀਂ ਸਾਂਭ ਹੁੰਦੇ ਦੇਖ ਫੇਰ ਵੀ ਕਹਿੰਦੇ ਜਲਾਤੋ ਖਾਣੀ ਐ ਉਹ ਸਾਡੀ ਜੋੜੀ ਵੀ ਖਾਈ ਜਾਂਦੀ ਜਲਾਤੋ ਉਹ ਮੇਰੀ ਮਾਸੀ ਦੀ ਕੁੜੀ ਮੁੰਡਾ ਮਾਸੀ ਦਾ ਆਉਂਦੇ ਆ ਚੜ੍ਹਦੀ ਕਲਾ 'ਚ ਜਾਣ ਵੇਲੇ ਅਸੀਂ ਦਵਾਈਆਂ ਲੈ ਕੇ ਮੁੜਦੇ ਹੁੰਦੇ ਹਾਂ ਹੈਂ ਪਰ ਤੁਹਾਨੂੰ ਦਵਾਈ ਵੀ ਨਹੀਂ ਮਿਲੀ ਮਿਲੀ ਨਹੀਂ ਹੈਗੀ ਯੈਸ ਫੜ ਲਿਆ ਥਾ ਅੱਜ ਤਾਂ ਹੋਇਆ ਆਇਆਂ ਦਾ ਮੁੱਲ ਜਾਂ ਇੰਨਾ ਪਿਆਰੀ ਹੈਗਾ ਵੀਡੀਓ ਨਹੀਂ ਬਣੀ ਹੈਗੀ ਉੱਥੇ ਜਿੱਥੇ ਗਏ ਸੀ ਹੈਂ ਨਹੀਂ ਪਾਣੀ ਦੇ
ਨਹੀਂ ਆਪਣਾ ਤਾਂ ਮੁੱਲ ਪੈ ਗਿਆ ਹੁਣ ਆਪਾਂ ਦਿਖਾ ਥੋੜੀ ਸਕਦੇ ਆ ਵੀ ਕੀ ਦੇਖ ਕੇ ਆਏ ਆ ਫੋਟੋ ਵੀ ਨਹੀਂ ਤੇ ਖਿੱਚ ਸਕਦੇ ਉਹਨਾਂ ਨੇ ਮਨਾ ਕਰਤਾ ਕਹਿੰਦਾ ਫੋਟੋਗ੍ਰਾਫੀ ਵੀ ਨਹੀਂ ਕਰ ਸਕਦੇ ਉਹ ਵਧੀਆ ਨਹੀਂ ਸੀ ਉਹ ਫੋਟੋ ਉਹਦੀ ਵੀ ਨਹੀਂ ਖਿੱਚ ਸਕਦੇ ਉੱਤੇ ਲਾਇਆ ਹੋਇਆ ਸੀ ਉਹਨਾਂ ਨੇ ਐਵੇਂ ਕਾਹਨੂੰ ਫਿਰ ਉੱਥੇ ਕਲੇਸ਼ ਪੈਂਦਾ ਹੈ ਉਹ ਤਾਂ ਉਹੀ ਹਜੇ ਗ੍ਰਹਿ ਮਾੜੇ ਚੱਲਦੇ ਆ ਹੈ ਹੋਰ ਬਾਕੀ ਗੱਲਾਂ ਦੀ ਗੱਲ ਆ ਤੁਸੀਂ ਐਂ ਦੱਸੋ ਤੁਹਾਨੂੰ ਸਿਟੀ ਕਿਵੇਂ ਲੱਗੀ ਆ ਵਧੀਆ ਨਾ ਘੈਂਟ ਆ ਘੈਂਟ ਗੱਲ ਬਾਤ ਹੈ ਇਹ ਜੋਵਨ ਲਿਹਾਜ਼ ਪਾ ਰਿਹਾ ਦੇਖ ਸੰਤਰੇ ਸੰਤਰੇ ਇਹ ਤੁਸੀਂ ਮੋਟਾ ਸੰਤਰਾ ਮੋਟਾ ਸੰਤਰਾ ਦਾਰੂ ਹੁੰਦੀ ਸੱਚ ਗਲਤੀ ਨਾਲ ਹੀ ਕਹਿ ਹੋ ਗਿਆ ਚਲਾਈ ਜਾਂਦਾ ਲੈ ਆਪਣਾ ਰਹਿ ਗਿਆ ਰਿਸਕ ਆ ਜਾ ਉਹ ਇਹ ਰਾਤ ਨੂੰ ਅੱਧੀ ਰਾਤ ਹੋਈ ਪਈ ਨਾ ਕਿੰਨੀ ਜ਼ਿਆਦਾ ਚਹਿਲ ਪਹਿਲ ਆ ਉਹ ਦੇਖੋ ਉਧਰ ਬੀਚ ਲੈ ਕੇ ਮੈਂ ਛੱਲਾਂ ਭਰ ਭਰ ਆਉਂਦੀ ਰਾਤ ਨੂੰ ਜ਼ਿਆਦਾ ਹੋ ਜਾਂਦਾ ਹਨਾ ਹਾਂ ਵਾਟਰ ਪਾਰਕ ਕੱਲ ਨੂੰ ਜਾਣਾ ਅੱਜ ਥੋੜੀ ਜਾਣਾ ਪਰ ਉਹ ਦੇਖ ਜੋ ਬਣਿਆ ਕੀ ਆ ਓਏ ਤਰਾੜੀ ਖੜਾ ਚੱਲੀਏ ਘਰੇ ਪਾਈਏ ਘਰ ਨੂੰ ਚੱਲ ਹਾਂ ਮੂਸੇ ਵਾਲਾ ਲਾਈ ਆਉਂਦੇ ਸੀ ਇਹ ਪਹਿਲਾਂ ਲੈ ਉਹ ਪੰਜਾਬੀ ਗਾਣੇ ਲਾਈ ਫਿਰਦੇ ਆ ਲੈ ਬਈ ਗੋਲਡ ਕੋਸਟ ਦੀਆਂ ਸੜਕਾਂ ਤੇ ਪੰਜਾਬੀ ਗਾਣੇ ਬੁੱਕਦੇ ਜਾਂਦੇ ਆ ਲੋਕਾਂ ਨੇ ਖੇਤ ਬਣਾ ਰੱਖਿਆ ਆਪਣੇ ਸਿਡਨੀ ਚ ਤਾਂ ਹੈ ਨੀ ਕੋਈ ਹੈ ਲੈ ਚੱਕ ਤਾਂ ਨਾਲ ਦੀ ਨਾਲ ਹੀ